बिचारी मेरा कक्क नहीं रहा। आए वे लोको, हुण की एनु यूज करना छड़ गई। हाय वे लोको, हाय वे लोको, मैं तानू की दसा, मैं तानू की दसा, मेरे मापिया ने तीन ट्रक जेज दे दिते। मेरे मापिया ने तीन ट्रक जेज दे दिते। हाय, सब तो पहले इस शख्स ने पखा बेचे। सब तो पहले इस शख्स ने पखा बेचे। पखा ही जनाब आंदा सी, मैं जदों चलदा सी मैं ते लांगता पांदा सी। होर ते होर मेरा एयर कूलर बेचता है। होर ते होर मेरा एयर कूलर भी बेच दिता ने। इत्थे हुण तुसीं चीज़ां घरानी है बेचिया ने, नशा मसल एसी फ्रिज ठीक है, अखीर इन्हे बेड बेचता। अखीर एक बेड दा सहारा सी ओह भी बेच दिता, फिर गद्दा रह गया। फिर गद्दा रह गया। बेड वाली गल सुन, अफसर गल भला की न्याणे कती सौ दफा दूस करता है। उच गद्दे चो बो आन लग पी सी, जंग शोर ना डरो, ये चौंक गए क्लिनिक क्या कर रहे हो, रूड़ी सुन के ऑपरेशन कर दे। एक मिनट, जस्ट वन मिनट, जरा टॉक हो रही है इसलिए आपको चौंक में रहने की। उर्दू ना बोल यार, तेरी मेहरबानी में मरीज दी भैन कटा केड़ा तेरे हथो दवाई लंदा है। ओए तू ते खून दा टीका कड़े हाथ ला ले की बन जांदी तू। एदे हल आणा है कि तू जेड़ा सौदा बेचना, जेड़ा परचून दा, दाल चीनी पे ते वेयर एंड, तेनु जदो तू नशेई गैस तो मिलदी तुदी शुरू च करोगे ना बिल्ड अप पैदा है देना के दी छेड़ केनु नशेई नु नशेई कहो ना ते अगो गले पै जा सिस्टम फोन वाला लोटे का भी कहो ना कि लोटा बेच देता। एक लोटा सी मेरे को, वो भी बेच आया। ओए ओ लोटे ने उन कैमरा फाड़ ले, ए खलोता ही ए ही लोटा। लोटे का भी काम जान, बड़ा खतरनाक चीज है। खतरनाक चीज हो क्यों? ओ तन्नू रोज देखदा सी भाई। आटे का थोड़ा ठाओ निकलो। एथे अफशान जेडी तू बोलनी है ना लड़ाई च, ए बाणे जदो तू स्टेज ते लड़नी है ਉਹ ਚਾਹੀਦਾ ਇੱਥੇ ਹੁਣ ਕੀ ਕੀ ਹੋਣਾ ਚਾਹੀਦਾ ਇੱਥੇ ਦੁਪੱਟਾ ਬੰਨਿਆ ਹਾਂ ਹਾਂ ਉਹ ਚਾਹੀਦਾ ਓਰੀਜਨਲ ਅੱਕੀ ਸੜੀ ਦੁਪੱਟਾ ਬਣ ਕੇ ਆਵਾਂ ਹੁਣ ਤੈਨੂੰ ਮੈਂ ਕਹਿ ਰਿਹਾ ਕਿ ਤੂੰ ਲੜ ਮੈਂ ਨਹੀਂ ਅਫਸ਼ਾਂ ਦਾ ਆਪਣਾ ਇੱਕ ਸਟਾਈਲ ਹਾਂ ਉਹ ਸਟਾਈਲ ਸ਼ੋਰ ਦੀ ਵਜ੍ਹਾ ਸੇ ਮੇਰੀ ਉਹ ਲੱਗਦਾ ਐਸੀ ਕਿ ਉਹ ਲੜ ਰਹੀ ਹੈ ਕਿ ਉਹ ਬਾਤ ਕਰ ਰਹੀ ਹੈ ਯਾਦ ਰੱਖ ਉਹ ਕਹਿੰਦਾ ਡਾਕਟਰ ਦੀ ਕੋਈ ਮਾਂ ਬੈ ਨਹੀਂ ਹੁੰਦੀ ਜਮਰੀ ਦੀ ਮਾਂ ਤੇ ਜਿੰਨੀ ਡਾਕਟਰ ਦੀ ਮਾਂ ਬੈ ਹੁੰਦੀ ਜਦੋਂ ਮਰੀਜ਼ ਮਰਦਾ ਜਿੰਨੀ ਡਾਕਟਰ ਦੀ ਉਹਨੇ ਕਿਸੇ ਦੀ ਨਹੀਂ पाउडर नजर आंदा है आप नी कोई दसन आला वे तू ते मेनू दस वे मोचियां नीरियां जुतियां गंडी जाने तू कुछ दस मैं इस बंदे दा की करा ਇੱਧਰ ਆ ਇਨਵੋਲਵਮੈਂਟ ਕਰਨੀ ਹੈ ਸਾਰੇ ਨਾਲ ਇਹ ਨਾ ਲੱਗੇ ਕਿ ਕੋਈ ਸੀਨਿਕ ਜਗ੍ਹਾ ਤੇ ਹੋ ਰਿਹਾ ਹਾਂਜੀ ਤਿੰਨ ਜਗ੍ਹਾ ਤੇ ਜਾਣਾ ਹੈ ਠੀਕ ਹਾਂ ਇਹ ਘੁੰਮ ਫਿਰ ਕੇ ਆਣਾ ਉਹਦੇ ਨਾਲ ਭਰਾਵਾ ਉਹ ਜਿਵੇਂ ਮੱਲੇ ਦੀਆਂ ਬੁੱਢੀਆਂ ਨਹੀਂ ਹੁੰਦੀਆਂ ਭਾ ਰਮਜ਼ਾਨ ਵੇ ਤੇਰੇ ਸਾਹਮਣੇ ਇਹਦਾ ਮੈਂ ਕੀ ਕਰਾਂ ਬੰਦੇ ਦਾ ਭਰਾ ਰਮਜ਼ਾਨ ਮੈਂ ਤੈਨੂੰ ਭਰਾ ਕਿਹਾ ਤੂੰ ਬੁਰਾ ਤੇ ਨਹੀਂ ਬਣਾਇਆ ਅੱਛਾ ਹਾਂ ਵੀ ਭਰਾ ਰਮਜ਼ਾਨ ਤੈਨੂੰ ਮੈਂ ਭਰਾ ਕਿਹਾ ਤੂੰ ਬੁਰਾ ਤੇ ਨਹੀਂ ਬਣਾਇਆ ਮੈਂ ਪੇਸ਼ੈਂਟ ਹੀ ਸਮਝਾਂ ਸਭ ਕੋ बीमारी समझ मैं
जिन्हें भी पैसे दे रही है मैं परचून की दुकान सेट कर ली। अच्छा गोल्डी दी डब्बियां भी लिया चीनी भी दालां भी सारियां पूरियां ने। जे मैं हुण कोई चोरी करके चीज विच आ गना मेरी धौन लवा दी ठीक है इत्थे एग्जिट। सिगरेट किन्ने दा गोल्डी दे इन्हां दा राम कोई तुसीं पुछो क्रिकेट दा किन्ने दा ਟੋਟਲ ਦੁਕਾਨਦਾਰੀ ਨਜ਼ਰ ਚ ਸੂਰ ਦਾ ਵਾਲ ਤੂੰ ਨਿਕਲ ਵੀਡੀਓ ਬਣਾ ਰਹੇ ਅੱਡਾ ਪਾਗਲ ਇੰਨੀ ਦੇਰ ਦਾ ਕੈਮਰਾ ਆਨ ਕਰਕੇ ਖੜਾ ਹੋਇਆ ਤੇ ਲੇਕਿਨ ਵੀਡੀਓ ਨੀ ਬਣ ਰਹੀ। ਮਾਸ਼ਾਅੱਲਾ ਤੇਰੀ ਟਿੰਡ ਤੇ ਲਾਨਤ ਕੋਈ ਹੱਦ ਹੁੰਦੀ ਕਿਸੇ ਚੀਜ਼ ਦੀ। ਲੋ ਜੀ ਅਸੀਂ ਇਸ ਟਾਈਮ ਰਿਹਰਸਲ ਕਰ ਰਹੇ ਹਾਂ ਸ਼ਾਲੀਮਾਰ ਥੀਏਟਰ 22 ਦਸੰਬਰ ਨੂੰ ਸਾਡਾ ਡਰਾਮਾ ਸਟਾਰਟ ਹੈ ਮਾਸ਼ਾਅੱਲਾ। ਔਰ ਮੇਰੇ ਨਾਲ ਡਾਇਰੈਕਟਰ ਸਾਹਿਬ ਵੀ ਬੈਠੇ ਹੋਏ ਹੈ। ਅਸਲਾਮੁ ਅਲੈਕੁਮ ਜੀ ਮੈਂ ਹੂੰ ਨਜਮ ਜ਼ਾਦੀ ਸਾਹਿਬ। ਜੀ ਜੀ ਹਮ ਇਸ ਵਕਤ ਰਿਹਰਸਲ ਕਰ ਰਹੇ ਹੈ ਡਰਾਮੇ ਕੀ ਜੋ 22 ਦਸੰਬਰ ਸੇ ਹਮਾਰਾ ਸ਼ੁਰੂ ਹੋਣਾ ਹੈ ਸ਼ਾਲੀਮਾਰ ਥੀਏਟਰ ਮੇਂ ਜਿਸਮੇਂ 25 ਦਸੰਬਰ ਵੀ ਆ ਰਹੀ ਹੈ ਹੈਪੀ ਕ੍ਰਿਸਮਸ। 25 ਦਸੰਬਰ ਕੋ ਹਮ ਦੋ ਸ਼ੋਅ ਕਰੇਂਗੇ। ਯਾਦ ਰੱਖੀਏਗਾ ਸ਼ਾਲੀਮਾਰ ਥੀਏਟਰ ਮੇਂ ਹਮਾਰਾ ਇੱਕ ਖੂਬਸੂਰਤ ਖੇਲ ਸੋਹਣੀ ਕੁੜੀਆਂ ਪਾਗਲ ਮੁੰਡੇ ਦੇਖਣਾ ਨਾ ਭੁੱਲੀਏਗਾ। ਸ਼ਾਲੀਮਾਰ ਥੀਏਟਰ ਮੇਂ ਹਮਾਰੇ ਸਾਥ ਸ਼ੀਦਾ ਸਾਹਿਬ ਆਏ ਮਹਿਕ ਨੂਰ ਸਾਹਿਬ ਆਏ ਹੈ ਔਰ ਹਮਾਰੀ ਸੁਪਰ ਸਟਾਰ ਮਹਿਕ ਨੂਰ। ਮਹਿਕ ਆਪ ਬਤਾਏ ਜੀ ਹਮਾਰਾ ਡਰਾਮਾ ਕਬ ਸੇ ਸਟਾਰਟ ਹੋ ਰਹਾ ਹੈ? ਬਿਲਕੁਲ ਹਮਾਰਾ ਡਰਾਮਾ ਜੁਮਾ 22 ਦਸੰਬਰ ਸੇ ਸਟਾਰਟ ਹੋ ਰਹਾ ਹੈ ਸ਼ਾਲੀਮਾਰ ਥੀਏਟਰ ਲਾਹੌਰ ਮੇਂ ਜਿਸ ਕੇ ਡਾਇਰੈਕਟਰ ਹੈ ਨਜਮ ਜ਼ੈਦੀ ਸਾਹਿਬ ਔਰ ਇਸ ਡਰਾਮੇ ਕੇ ਪ੍ਰੋਡਿਊਸਰ ਹੈ ਮਲਿਕ ਤਾਰਿਕ ਸਾਹਿਬ ਔਰ ਸ਼ੀਜ਼ਾ ਜੀ। ਬਹੁਤ ਹੀ ਅੱਛੀ ਆਈਟਮ ਬਹੁਤ ਹੀ ਅੱਛੀ ਪਰਫਾਰਮੈਂਸ ਆਈਟਮ ਹੀ ਕਹਾ ਜਾਤਾ ਹੈ ਇਸਮੇ ਆ ਰਹੀ ਹੈ ਮੈਡਮ ਖੁਸ਼ਬੂ ਜੀ ਆ ਰਹੀ ਹੈ ਵੋ ਬਹੁਤ ਅੱਛੀ ਪਰਫਾਰਮੈਂਸ ਲੈ ਕੇ ਆ ਰਹੀ ਹੈ ਔਰ ਜੁਮਾ ਹਫਤਾ ਇਤਵਾਰ ਪੀਰ ਕੋ ਦੋ ਸ਼ੋਅ ਹੋਣਗੇ ਯੇ ਆਪਕੇ ਲਈ ਬਹੁਤ ਹੀ ਅੱਛੀ ਗੁੱਡ ਨਿਊਜ਼ ਹੈ ਦੇਖਣੀ ਜ਼ਰੂਰ ਆਈਏ। ਇਹ ਪਬਲਿਕ ਕੋ ਪਤਾ ਚਲਣਾ ਚਾਹੀਏ ਕਿ ਜਿਵੇਂ ਰਾਤ ਵਾਲੇ ਦਿਨ ਹਮਾਰੀ ਰਿਹਰਸਲ ਹੋਤੀ ਹੈ ਔਰ ਰਾਤ ਕੋ ਹਮ 4-5 ਵਜੇ ਘਰ ਜਾਤੇ ਹੈਂ ਐਵੇਂ ਫਜ਼ੂਲ ਮੇਂ ਨਹੀਂ ਸਾਰਾ ਡਰਾਮਾ ਤਿਆਰ ਹੋਤਾ ਜੋ ਹਮਾਰੇ ਡਾਇਰੈਕਟਰ ਸਾਹਿਬ ਹੈ ਵੋ ਹਮੇਂ ਨਹੀਂ ਛੋੜਤੇ। ਅਭੀ ਹਮ ਡਰਾਮਾ ਕਰਕੇ ਹਮ ਯਹਾਂ ਪੇ ਪਹੁੰਚੇ ਔਰ ਯੇ ਪੂਰਾ ਡਰਾਮਾ ਤਿਆਰ ਹੋਗਾ ਸਿਰਫ ਔਰ ਸਿਰਫ ਆਪ ਲੋਗੋ ਕੇ ਲੀਏ ਔਰ ਆਪ ਲੋਗੋ ਨੇ ਆਨਾ ਬਣ ਕੇ ਕਾਮ ਹੈ ਨਾ ਇਤਨੀ ਸਰਦੀ ਮੇਂ ਉਸਨੇ ਟਿੰਡ ਕਰਵਾਈ ਹੈ ਔਰ ਰਿਕਾਰਡਿੰਗ ਕਰ ਰਹੀ ਹੈ ਕਹਿ ਵੀ ਡਾਲ ਲਾ ਭਾਈ ਸਿਰ ਤੇ ਹੁਣ ਕਿਹੜਾ ਪਬਲਿਕ ਰਿਹਰਸਲ ਹੋ ਰਹੀ ਹੈ ਜੀ ਇਸਮੇਂ ਮੈਂ ਬੜਾ ਅੱਛਾ ਕਿਰਦਾਰ ਕਰ ਰਹਾ ਹੂੰ ਔਰ ਆਪ ਸਭ ਲੋਗੋ ਨੇ ਦੇਖਣਾ ਹੈ ਕ੍ਰਿਸਮਸ ਕੀ ਖੁਸ਼ੀਓ ਮੇਂ ਅਫਸ਼ਾ ਖਾਨ ਮੇਰਾ ਸਾਥ ਦੇ ਰਹੀ ਹੈ। ਅਫਸ਼ਾ ਆਪ ਕੀ ਕਰ ਰਹੀ ਹੋ? ਯੇ ਮੇਰੀ ਬੀਵੀ ਕਾ ਰੋਲ ਕਰ ਰਹੀ ਹੈ। ਮੈਂ ਇਸਕੀ ਬੀਵੀ ਕਾ ਰੋਲ ਕਰ ਰਹੀ ਹੂੰ। ਹਾਂ ਤੋ ਮੇਰਾ ਨਹੀਂ ਆਪਨੇ ਬਤਾਨਾ ਉਸਕੋ ਆਪਨੇ ਜ਼ਰਾ ਸੇਫ ਰੱਖਣਾ ਹੈ। ਓਕੇ ਕੁਝ ਬਾਤੇਂ ਹੋਤੀ ਹੈਂ ਗੁਪਤ। ਇਸਮੇਂ ਬਹੁਤ ਖੂਬਸੂਰਤ ਕਾਸਟ ਹੈ ਹਮਾਰੀ ਇਸ ਵਕਤ ਮੈਡਮ ਸ਼ੀਜ਼ਾ ਬੱਟ ਯੇ ਇਨਕੋ ਆਪਣੇ ਕਾਮ ਸੇ ਬਹੁਤ ਪਿਆਰ ਹੈ ਦੇਖ ਲੇ ਸ਼ੋਅ ਮੁਕਾ ਕਰ ਆਪਣਾ ਤੋ ਇਧਰ ਰਿਹਰਸਲ ਪਰ ਆਪਣਾ ਇਧਰ ਹਾਂ ਸਹੀ ਹੈ ਅਜੇ ਵਾਸੀ ਕਲੈਪ ਹੋਣੀ ਚਾਹੀਦੀ ਯਾਨੀ ਕਿ ਰਿਹਰਸਲ ਕੋ ਆਪ ਟਾਈਮ ਦੇਂਗੇ ਤੋ ਬਾਤ ਨਹੀਂ ਨਿਕਲੇਗੀ ਲਿੰਕ ਮੇਂ ਸੇ ਹੋਰ ਬਾਤ ਅੱਛੀ ਨਿਕਲੇਗੀ। ਇਸ ਤਰ੍ਹਾਂ ਹੀ ਮਾਰੀ ਮੈਡਮ ਮਹਿਕ ਨੂਰ ਯੇ ਜੋ ਇਹਨਾਂ ਨੇ ਰੋਲ ਕੀਆ ਜੋ ਆਖਰੀ ਮਾਰਾ ਸ਼ੋਅ ਥਾ ਅੰਧੀ ਕਾ ਕਰੈਕਟਰ ਕੀਆ ਥਾ ਔਰ ਰੇਲ ਸੇ ਯਕੀਨ ਮਾਨੇ ਲਗਾ ਕਿ ਯੇ ਯਾਰ ਅੰਧੀ ਕਾ ਰੋਲ ਕਰ ਰਹੀ ਹੈ ਅੰਧੀ ਹੈ ਔਰ ਇਹਨਾਂ ਨੇ ਸਾਬਿਤ ਕੀਆ ਸੈੱਟ ਕੋ ਤੋੜਨੇ ਕੇ ਬਾਅਦ ਯੇ ਬਾਤ।